ਬਿਆਨ ਸਿੰਘ ਕਤਲਕਾਂਡ ਦੇ ਵਿੱਚ 27 ਸਾਲ ਤੋਂ ਵੱਧ ਸਮਾਂ ਜੇਲ੍ਹ ਬਿਤਾਉਣ ਤੋਂ ਬਾਅਦ ਗੁਰਮੀਤ ਸਿੰਘ ਹੁਣੀ ਬਾਹਰ ਆਏ ਨੇ। ਗੁਰਮੀਤ ਸਿੰਘ ਦਾ ਕੇਸ ਇਸ ਜ਼ਮਾਨਤ ਨੂੰ ਲੈ ਕੇ ਲੜਿਆ ਰਵਿੰਦਰ ਸਿੰਘ ਬਾਸੀ ਐਡਵੋਕੇਟ ਜਿਹੜੇ ਨੇ ਜੌਲੀ ਹੁਣੀ। ਵਕੀਲ ਸਾਹਿਬ, 27 ਸਾਲ ਤੋਂ ਵੱਧ ਸਮਾਂ ਜਿਹੜੇ ਬੰਦੇ ਨੂੰ ਜੇਲ੍ਹ ਦੇ ਅੰਦਰ ਹੋ ਗਿਆ ਹੋਵੇ, ਉਹ ਮੈਨੂੰ ਲੱਗਦਾ ਹੈ ਕਿ ਬੇਸ਼ੱਕ ਚੜ੍ਹਦੀ ਕਲਾ ਦੀਆਂ ਗੱਲਾਂ ਕੀਤੀਆਂ ਨੇ, ਪਰ ਕਿਤੇ ਨਾ ਕਿਤੇ ਨਿਰਾਸ਼ਾ ਵੀ ਆ ਜਾਂਦੀ ਹੈ। ਐਸੇ ਕੇਸ ਦੇ ਵਿੱਚ ਰੈਗੂਲਰ ਜ਼ਮਾਨਤ ਕਰਾਉਣਾ ਕਿੰਨੀਆਂ ਕੁ ਚੁਣੌਤੀਆਂ ਸੀ, ਔਰ ਕਿਵੇਂ ਰੈਗੂਲਰ ਜ਼ਮਾਨਤ ਜਿਹੜੀ ਆਖਿਰਕਾਰ ਹੋਈ, ਔਰ ਇਹਦੇ ਮਾਇਨੇ ਹੁਣ ਕੀ ਨੇ? ਦੇਖੋ, ਇਹਦਾ ਮਾਇਨੇ ਇਹ ਹੈ ਕਿ ਪਹਿਲੀ ਗੱਲ ਤਾਂ ਵੀ ਜਿਹੜੇ ਬਾਕੀ ਵੀ ਸਾਡੇ ਬੰਦੀ ਸਿੰਘ ਹੈ ਉਹਨਾਂ ਦੀ ਵੀ ਇੱਕ ਰਾਹ ਖੁੱਲ੍ਹ ਗਿਆ, ਅਤੇ ਕਿਉਂਕਿ 2022 ਦੇ ਵਿੱਚ ਹਾਈ ਕੋਰਟ ਨੇ ਇੱਕ ਇਸ 'ਚ ਡਾਇਰੈਕਸ਼ਨਾਂ ਕੀਤੀਆਂ ਸੀਗੀਆਂ ਵੀ ਜਿਨ੍ਹਾਂ ਦੀ ਵੀ ਪ੍ਰੀ ਮੈਚੋਰ ਦੀ ਐਪਲੀਕੇਸ਼ਨ ਪੈਂਡਿੰਗ ਹੈ ਅਤੇ ਸਰਕਾਰ ਉਹਨਾਂ ਨੂੰ ਬੇਲ ਆਊਟ ਕਰੇ, ਅਤੇ ਉਸ ਕੈਟਾਗਰੀ 'ਚ ਇਹਨਾਂ ਦਾ ਕੇਸ ਫਾਲ ਕਰਦਾ ਸੀਗਾ, ਅਤੇ ਇਸ ਕਰਕੇ ਇਹਨਾਂ ਦੀ ਐਪਲੀਕੇਸ਼ਨ ਪੈਂਡਿੰਗ ਸੀ ਅਤੇ ਇਹਨਾਂ ਨੂੰ ਇਹ ਪੱਕੀ ਅੱਜ ਜ਼ਮਾਨਤ ਦੇ ਦਿੱਤੀ ਹੈ। ਬਾਕੀ ਲੰਬਾ ਸਮਾਂ ਇੰਨਾ ਕੁ ਵੀ ਅਸੀਂ ਵਕਾਲਤ ਹਾਲੇ ਲਾ ਕਰ ਰਹੇ ਸੀ ਜਦੋਂ ਦੀਆਂ ਗੱਲਾਂ, ਅਤੇ ਅੱਜ ਸਾਨੂੰ ਵੀ 25 ਸਾਲ ਵਕਾਲਤ ਕਰਦਿਆਂ ਨੂੰ ਹੋ ਗਏ, ਅਤੇ ਇੰਨੇ ਲੰਬਾ ਸਮਾਂ ਜੇਲ੍ਹ 'ਚ ਕੱਟਣਾ ਕੋਈ ਆਮ ਬੰਦੇ ਨਹੀਂ ਹੁੰਦੇ, ਇਹ ਵਿਰਲੇ ਬੰਦੇ ਹੁੰਦੇ। ਅੱਛਾ, ਬਾਕੀ ਕੇਸਾਂ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੁਣ ਇਸ ਕੇਸ ਤੋਂ ਬਾਅਦ, ਕਿਉਂਕਿ ਜਿਸ ਤਰ੍ਹਾਂ ਭਿਓਰਾ ਹੋਰਾਂ ਦੀ ਗੱਲ ਕੀਤੀ ਜਾ ਰਹੀ ਹੈ, ਜਗਤਾਰ ਸਿੰਘ ਤਾਰਾ ਦੀ ਗੱਲ ਕੀਤੀ ਜਾ ਰਹੀ, ਦੋ ਤਾਂ ਇਸੇ ਜੇਲ੍ਹ 'ਚ ਨੇ। ਹਾਂਜੀ, ਹੁਣ ਅੱਗੇ ਦੇਖਦੇ ਹਾਂ ਉਹਨਾਂ ਦਾ ਕੀ ਵੇ ਆਊਟ ਕੱਢਦੇ ਹਾਂ, ਉਹਨਾਂ ਦਾ ਵੀ ਹੱਲ ਕਰਾਂਗੇ। ਤਾਂ ਇਹ ਉਹ ਵਕੀਲ ਨੇ ਜੀ ਜਿਨ੍ਹਾਂ ਨੇ ਗੁਰਮੀਤ ਸਿੰਘ ਹੋਰਾਂ ਦੀ ਜ਼ਮਾਨਤ ਕਰਾਈ ਹੈ, ਰੈਗੂਲਰ ਜ਼ਮਾਨਤ ਆ ਜਿਹੜੀ ਉਹ ਹੁਣ ਹੋ ਗਈ ਹੈ, ਕਹਿੰਦੇ ਨੇ ਕਿ ਹੁਣ ਉਹ ਜੇਲ੍ਹ ਤੋਂ ਬਾਹਰ ਹੀ ਰਹਿਣਗੇ, ਅਤੇ ਗੁਰਮੀਤ ਸਿੰਘ ਦੀ ਜ਼ਮਾਨਤ ਦੇ ਨਾਲ ਕਹਿੰਦੇ ਨੇ ਕਿ ਜਿਹੜੇ ਬਾਕੀ ਉਹਨਾਂ ਦੇ ਕੇਸ ਵਾਰ ਇਸ ਕੇਸ ਦੇ ਵਿੱਚ ਬੰਦ ਨੇ ਉਹਨਾਂ ਦੇ ਲਈ ਵੀ ਜ਼ਮਾਨਤ ਦਾ ਰਾਹ ਪੱਧਰਾ ਹੋ ਚੱਲਿਆ।